ਵੈਲਕਮ ਬੈਕ ਨਾਜ਼ਰੀਨ ਤੁਸਰ ਦੇ ਪੇ ਵਸੇਬ ਦੀ ਆਵਾਜ਼ ਤੇ ਮੈਂ ਹਾਂ ਤੁਹਾਡਾ ਆਪਣਾ ਹੋਸ ਜੁਨੇਦ ਮਲਿਕ ਅੱਜ ਦੇ ਪ੍ਰੋਗਰਾਮ ਵਿੱਚ ਸਾ ਗੱਲ ਕਰਨ ਦੇ ਪੈਸੇ ਆ ਡੇਰਾ ਗਾਜ਼ੀ ਖਾਨ ਦਾ ਇਲਾਕਾ ਹੈ ਸਦੀਕਾਬਾਦ ਯੂਨੀਅਨ ਕੌਂਸਲ ਨੰਬਰ 17 17 ਦੇ ਹਾਲਾਤ ਜਿਹੜਾ ਹੈ ਉਹ 17 ਕਨੇ 72 ਹੋ ਜਾਂਦਾ ਇਹ ਗੱਲ ਹੈ ਇਹ ਅਜੀਬ ਜਿਹੜਾ ਨਾ ਸਿਚੁਏਸ਼ਨ ਹੈ ਭਈ ਅਸਾਂ ਤਾਂ ਆ ਕੇ ਆ ਪਰੇਸ਼ਾਨ ਤੀ ਗਏ ਇਹ ਜਦੀਦ ਦੌਰ ਦੇ ਵਿੱਚ ਇਹ ਰਾਂਦੇ ਨੇ ਤਾਂ ਬਿਲਕੁਲ ਇਹ ਡੇਰਾ ਗਾਜ਼ੀ ਖਾਨ ਦਾ ਵਸਤ ਵਿੱਚ ਵਾਕਿਆ ਇਲਾਕਾ ਹੈ ਭਈ ਆਬਾਦੀ ਹੈ ਪਈ ਅਗਰ ਇਹਦੇ ਬਾਕੀ ਗੱਲ ਕਰੂੰ ਤੇ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਆਬਾਦੀ ਹੈ ਪਈ ਇਹਦਾ ਇਹ ਆਬਾਦੀ ਦਾ ਨਾ ਅਜ ਤੱਕ 50 ਸਾਲ ਕਨੇ ਰਸਤਾ ਬਣ ਸਕਿਆ ਅਗਰ ਰਸਤਾ ਨਹੀਂ ਬਣਿਆ ਤੇ ਇਥਾਂ ਦਾ ਸੀਵਰੀ ਦਾ ਨਿਜ਼ਾਮ ਵੀ ਨਹੀਂ ਬਣ ਸਕਿਆ ਨਾ ਪਾਣੀ ਪੀਵਨ ਦਾ ਸਾਫ ਹੈ ਨਾ ਇਥਾਂ ਗੰਦਗੀ ਦਾ ਕੋਈ ਚਾਵਨ ਵਾਲਾ ਨਿਜ਼ਾਮ ਹੈ ਕੀ ਇਹ ਲੋਕ ਜਿਹੜੇ ਹੈ ਇਹ ਇਥਾਂ ਦੇ ਰਿਹਾਇਸ਼ੀ ਜਿਹੜੇ ਹਨ ਈ ਪਾਕਿਸਤਾਨ ਦੇ ਰਿਹਾਈਸ਼ੀ ਕੈਨੇ ਨੈਸ਼ਨਲਿਟੀ ਹੋਲਡਰ ਕੈਨੇ ਜਾਂ ਇਹ ਕਿਤੇ ਬਾਹਰੋਂ ਹਿਜਰਤ ਕਰਕੇ ਆਏ ਨੇ ਤੇ ਇਨਾ ਨਾਲ ਆ ਜਾ ਨਾ ਬੁਰਾ سلوਕ ਤੀਦਾ ਪਿਆ ਸਾਰਾ ਸ਼ਹਿਰੀ ਮੌਜੂਦ ਹਨ ਉਹ ਤੋਂ ਪਹਿਲੇ ਮੈਂ ਦਿਖਾਉਣਾ ਚਾਹਾਂ ਕਿ ਇਹ ਜਿਹੜਾ ਪਲਾਟ ਹੈ ਪਿਆ ਉਥੋਂ ਪਾਣੀ ਜੋ ਨਿਕਲਦਾ ਪਿਆ ਮੁਕੰਮਲ ਫੈਲਦਾ ਪਿਆ ਦੂਰ ਤੱਕ ਜਿੱਥਾਂ ਤੱਕ ਸਾਡੀ ਨਿਗਾਹ ਵਹਿੰਦੀ ਏ ਉੱਥੋਂ ਤੱਕ ਇਹ ਪਾਣੀ ਜਿਹੜਾ ਨਾ ਮੌਜੂਦ ਏ ਪਿਆ ਮਗਰ ਇੰਦੇ ਅਜੇ ਤੱਕ ਇਹ ਕੋ ਕਢਣ ਵਾਸਤੇ ਇਨਾ ਚੀਜ਼ਾਂ ਕੋ ਕਰਨ ਵਾਸਤੇ ਕੋਈ ਵੀ ਜਿਹੜਾ ਨਾ ਨਹੀਂ ਆਇਆ ਸਨ ਸ਼ੈਰੀ ਮੌਜੂਦ ਨਾ ਸਮਝੀ ਦੀ ਤਾਂ ਵੈਸੋ ਤਾਂ ਕਿ ਅਸਾਂ ਆਪਣੇ ਨਾਜ਼ਰਨ ਕੋ ਉਹ ਵੀ ਦਿਖਾ ਸਕੂੰ ਤੁਸੀਂ ਕੀ ਇੰਦੇ ਉਤੇ ਆਖਣਾ ਚਾਹਦੇ ਪਾਣੀ ਦਾ ਮਸਲਾ ਤੇ ਮੇਨ ਸਾਰਾ ਬੰਦ ਐ ਸਾਮੇ ਘਰ ਕਰੇ ਵੇ ਸਾ ਘਰ ਦੇ ਜ਼ਮੀਨ ਦਾ ਗੁੱਟ ਪੈਵੇਂ ਪਾਣੀ ਜ਼ਮੀਨ ਦਾ ਗੁੱਟ ਪੈਵੇਂ ਪਾਣੀ ਦਾ ਰਸਤਾ ਆਮ ਮੰਦਰਾ ਕਿਆ ਨਹੀਂ ਨਾ ਪਾਣੀ ਦਾ ਵੰਡ ਨਾ ਕਿਉਂ

ਉਹਨ ਪਤਾ ਲੱਗ ਸਕੇ ਕੀ ਆਖ ਨਾ ਜਾਂਦੇ ਲਾਲਾ ਕੀ ਆਖ ਦੇਵੇ ਸਈ ਕੋਈ ਦਿਨ ਗਾਲ ਨਹੀਂਦਾ ਗਾਲ ਇਹ بارش ਦੇ ਰਾ ਸੜਾ ਥੈ ਨਾ ਇਲਾਕੇ ਚ 4 ਮਹੀਨੇ ਪਹਿਲੇ ਉ ਪਾਣੀ ਸੇਵਰੇਜ ਦਾ ਇਵੇਂ ਖੜੇ ਕੋਈ ਸੜਾ ਇ ਪਾਣੀ ਨਹੀਂ ਨਿਕਲੇ ਉਵੇਂ ਖੜੇ 4 ਮਹੀਨਾ ਤੀਕ ਹੈ 5 ਤੀਕ ਹੈ ਨਮਾਜ਼ ਦੇ ਵੇ ਸੋਂ ਦੇ ਸੜੇ ਕਪੜੇ ਖਰਾਬ ਥੀਂਦੇ ਦਜ਼ਲੀਲ ਖੁਆਰ ਥੀਂਦੇ ਜਿਹਰੇ ਵੇਲੇ ਉਵੇਂ ਵੇਲੇ ਅਸਾਂ ਜਾਗਿੱਦੇ ਸਸਤਾ ਗਰੀਬ ਲੋਗਾ ਗਿੰਗਿੱਦੇ ਨਾ ਹੁਣ ਪਾਣੀ ਦਾ ਇਹ ਹਾਲਾਤ ਹੈ ਕੋਈ ਨਾ ਗਵਰਨਮੈਂਟ ਦੇ ਸੜੇ ਕੋਲ ਨਾ ਕੋਈ ਇੰਤਜ਼ਾਮੀ ਅੰਦੇ ਬਸ ਅਸਾਂ ਇਵੇਂ ਜਿਵੇਂ ਮਾਲ ਵਾਲੀ ਕਾਰ ਅਸਾਂ ਵੱਧੇ ਹੋਣਾ ਪਾਣੀ ਦੇ ਵਿੱਚ ਕੋਈ ਫਾਇਦਾ ਸੇ ਕੋਈ ਤਾਂ ਕੋਈ ਨਹੀਂ ਹਕੂਮਤ ਮਿਹਰਬਾਨੀ ਕਰੇ ਸੇ ਕੋ ਸਹੂਲਤ ਦੇਵੇ ਪਾਣੀ ਤੋਂ ਕਨ ਇਹ ਸਿਵਰੇਜ ਇਹ ਨਿਜ਼ਾਮ ਸਹੀ ਕਰਨ ਸਹੀ ਸੁਣੀ ਇਹ ਪਾਣੀ ਕੱਢਣ ਬਹੁਤ ਮੁਸ਼ਕਿਲ ਹੈ ਨਾ ਰੋਡ ਹੈ ਨਾ ਸੇਕੂ ਅਗਰ ਅਸਾਂ ਜਨਾਜ਼ਾ ਚੈਸੋ ਜਨਾਜ਼ੇ ਕੋਈ ਰਸਤਾ ਕਾਇਨੀ ਕਸਾ ਕਿੱਤੋਂ ਚਾਉ ਜਨਾਜ਼ਾ ਉਨੀ ਪਾਣੀ ਦੇ ਵਿੱਚ ਜਨਾਜ਼ਾ ਵੇਸੀ ਏਡੇ ਏਡੇ ਅਸਾਂ ਮਜਬੂਰ ਸੀ ਕਿ ਅਸਾਂ ਬੈਠੀਓਂ ਕੀ ਕਰੋ ਗਵਰਨਮੈਂਟ ਜੇ ਲੈਓ ਸੀ ਉਹਨੇ ਦਾ ਮਿਹਰਬਾਨੀ ਹੈ ਵਜ਼ੀਰ ਆਲਾ ਹੈ ਜਿਹੜਾ ਇੰਤਜ਼ਾਮੀ ਹੈ ਉਹ ਸਾਰੇ ਆਵੇ ਸੈਂ ਦੇਖੇ ਮੌਕਾ ਦੇਖ ਕੇ ਵੰਨ ਕਿ ਕੀ ਥਿੰਦਾ ਪੈਸਾ ਦੇ ਖੋਲੋ ਸੁਣੀ ਨਾ ਇੱਥੇ ਤਾਂ ਕੋਈ ਫੰਡ ਦੇਂਦੇ ਨਾ ਕੋਈ ਮਸਾਇਲ ਕੱਛੇ ਕਾਇ ਨਹੀਂ ਹਾਜੀ ਸਾਹਿਬ ਮਿਹਰਬਾਨੀ ਅੱਛਾ ਇੱਥਾਂ ਦਾ ਜਿਹੜਾ ਨਾ ਵਜ਼ੀਰ ਆਲਾ ਰਹਿ ਗਿਆ ਹੈ

ਮਹਿੰਗਾਈ ਦਾ ਕੀ ਹਾਲ ਹੋ ਰਿਹਾ ਪਾਣੀ ਦਾ ਕੀ ਹਾਲ ਹੋ ਰਿਹਾ ਸੀਵਰੇਜ ਦਾ ਕੀ ਹਾਲ ਹੋ ਰਿਹਾ ਕਿ ਕਿਵੇਂ ਕਿਵੇਂ ਆਵਾਮ ਕੁਜ਼ਰਦਾ ਪੈ ਨਾ ਇਹ ਲੋਕ ਨੂੰ ਦੇਖਣਾ ਚਾਹੀਏ ਸਾਈ ਉਹ ਇੱਕੇ ਤੂੰ ਮੈਂ ਵੱਡਾ ਆਇ ਤੋ ਤੂੰ ਆ ਉਹ ਕਿਆ ਨੇ ਅੱਗੋ ਕੋਈ ਫੰਡ ਦੇਵੇ ਕਮਾਨੇ ਸੋਣੀ ਅੱਗੋ ਉੱਤੇ ਵਾਲਾ ਗਾਲ ਥੀ ਸੀ ਪਿੱਛੇ ਥੀ ਸੀ ਇਤੋ ਗਨੇ ਨੂੰ ਸ਼ੈਸ਼ ਦੇਖੋ ਕਿਆ ਮਿਲਦੇ ਬਿਲਕੁਲ ਜ਼ਰੀ ਗਾਲੇ ਫੰਡ ਮਿਲਸੀ ਤੇ ਜੋ ਹੈ ਨਾ ਉਹ ਥੀ ਸੀ ਏ ਬਾਕੀ ਵੀ ਆ ਜਿਹੜਾ ਨਾ ਮਸਾਇਲ ਨੇ ਪੇ ਇਵੇਂ ਹੀ ਨੇ ਪੇ ਅਸਾਂ ਆ ਜਿਹੜਾ ਨਾ ਇਥਾਂ ਦੇ ਸ਼ਹਿਰੀਆਂ ਦੇ ਚ ਨਾ رائے ਜਾਣੀ ਅਸਾਂ مزید ਜਿਹੜਾ ਹੈ ਪਿਆ ਚੀਜ਼ਾਂ ਐਕਸਪਲੋਰ ਕਰਨ ਵਾਸਤੇ ਚੀਜ਼ਾਂ ਜਾਣਨ ਵਾਸਤੇ ਅੱਜ ਸਾਡੇ ਇਥਾਂ ਰਿਪੋਰਟਰ ਨੇ ਪੇ ਅਸਾ ਦਾਉਦੀ ਸਾਹਿਬ ਅਸਾਂ ਉਹਨਾਂ ਕਨੇ ਜਿਹੜਾ ਨਾ ਜਾਣਦੇ ਸੇ ਕਿ ਉਹ ਇੰਦੇ ਉਤੇ ਕੀ ਆਖਦਨ ਸਿਆਸਤ ਵਿੱਚ ਆਖਦੇ ਪਿਆਨ ਕਿ ਫਲਾਣੇ ਕੋ ਚੇਅਰਮੈਨ ਅਸਾਂ ਬਨਾਇਆਈ ਤੁਸਾਂ ਇਹੋ ਜੇ ਚੇਅਰਮੈਨ ਬਨਾਇਆ ਸ਼ੁਕਰੀਆ ਜੁਨੇਦ ਸਾਹਿਬ ਬਾਤ ਇਹ ਹੈ ਕਿ ਤੁਸੀਂ ਜਿਹੜੀ ਅੱਜ ਪ੍ਰੋਗਰਾਮ ਕੀਤੀ ਇੱਕ ਤੇ ਡੀਜੀ ਖਾਨ ਦੀ ਆਵਾਮ ਵਾਸਤੇ ਇਹ ਪ੍ਰੋਗਰਾਮ ਮੈ ਆਦਾ ਇੱਕ ਬਲੇਸਿੰਗ ਕਰਨੇ ਘਟ ਕੋਈ ਨਹੀਂ ਸਾਰੇ ਕਨੇ ਵੱਡੀ ਗੱਲ ਇਹ ਹੈ ਕਿ 50 ਕਨੇ 60 ਸਾਲ થી ਕਨੇ ਇਹ ਇਲਾਕਾ तमाम ਚੀਜ਼ਾਂ ਕਨੇ ਮਹਿਰੂਮ ਹੈ ਇਥਾ ਸੇਵਰੇਜ ਦਾ ਨਿਜ਼ਾਮ ਹੈ ਉਹ ਖਤਮ ਹੈ ਕਦੇ ਹੀ ਕਾ ਕੋਸ਼ਿਸ਼ ਨਹੀਂ ਕੀਤੀ ਤੁਸੀਂ ਇਹ ਦੇਖੋ ਕਿ ਇਹ ਉਹ ਇਲਾਕਾ ਹੈ ਡੇਰਾ ਗਾਜ਼ੀ ਖਾਨ ਕੇ ਸਦਰ ਪਾਕਿਸਤਾਨ ਸਰਦਾਰ ਫਾਰੂਕ ਲਗਾਰੀ ਡੇਰਾ ਗਾਜ਼ੀ ਖਾਨ ਤੋਂ ਰਹਿ ਗਏ ਗਵਰਨਰ ਪੰਜਾਬ ਸਰਦਾਰ ਅਦਲਫਕਾਰ ਖੋਸਾਈ ਦੀ ਹੀ ਡੀਜੀ ਖਾਨ ਕਰੇ ਰਹੇ ਗਏ ਤੇ ਹੁਣ ਹੀ ਮੌਜੂਦਾ ਮਾਡਰਨ ਦੌਰ ਦੇ ਵਿੱਚ ਜਿੱਤਾ ਤਬਦੀਲੀ ਦਾ ਨਾਰਾ ਲਾਇਆ ਗਿਆ ਹੈ ਇਥਾ ਵਜ਼ੀਰ ਇਲਾ ਪੰਜਾਬ ਸਰਦਾਰ ਉਸਮਾਨ ਖਾਨ ਬੁਜ਼ਾਰ ਸਾਹਿਬ ਰਹੇ ਗਏ ਹਨ مشیر صحت ਹੀ ਵਿਲੇ ਮੌਜੂਦ ਹਨ ਹਣੀਪਤਾफी ਸਾਹਿਬ صحت ਦੇ ਮਾਮਲਾ ਤੁਹਾਡੇ ਸਾਹਮਣੇ ਹੂੰ ਕਨੇ ਬਾਤ ਸਾਰੇ ਕਨੇ ਵੱਡੀ ਗਾਲ ਇਹ ਹੈ ਕਿ ਮਹਤਮਾ ਜ਼ਰਦਾਜ ਗੁਲ ਸਾਹਿਬਾ ਇਤਾਂ ਵਜ਼ੀਰ ਮਾਹੁਲੀਅਤ ਰਹਿ ਗਏ ਸਾਡੇ 3.5 ਸਾਲ ਮਾਹੌਲ ਤੁਸੀਂ ਅੱਜ ਪੂਰੇ ਪ੍ਰੋਗਰਾਮ ਵਿੱਚ ਦੇਖ ਕੇ ਇਤਾਂ ਦਾ ਮਾਹੌਲ ਕੀ ਹੈ ਡਰਾਗਾਦੀ ਖਾਨ ਦਾ ਪ੍ਰੋਬਲਮ ਇਹ ਹੈ ਕਿ ਇਤਾਂ ਸਿਰਫ ਜਿਵੇਂ ਆਵਾਮ ਆਦੀ ਪਈਏ ਕਿ ਵੋਟ ਖਿੰਣ ਵੇਲੇ ਲੋਕ ਆਵੰਦੇ ਹਨ ਉਹਨਾਂ ਨੂੰ ਵੋਟ ਚਾਹੀਦੇ ਵੋਟ ਖਿੰਣ ਤੋਂ ਬਾਅਦ ਇਨਾਂ ਨੂੰ ਵਾਅਦਿਆਂ ਦੇ ਉੱਤੇ ਟਰਖਾਇਆ ਗਏ ਨਾ ਅਜ ਤਿਕਰ ਈਵਨ ਕਿ ਇਤਾਂ ਤੁਸੀਂ ਦੇਖੀਨੋ ਕਿ ਸ਼ੇਖ ਰਸ਼ੀਦ ਸਾਹਿਬ ਪਿਛਲੇ ਦਿਨਾਂ ਵਿੱਚ ਆਏ ਹਨ ਜਿਹੜੇ ਵੇਲੇ ਉਹ ਵਾਕੀ ਵਜ਼ੀਰ ਰੇਲਵੇ ਹਨ ਉਨਾ ਵਾਦਾ ਕੀਤਾ ਹੀ ਤੇ ਹਲਫ ਦਿੱਤਾ ਹੀ ਆਵਾਮ ਕੋ ਹਜ਼ਾਰਾਂ ਦੇ ਮਜਮੇ ਦੇ ਵਿੱਚ ਖੜ ਕੇ ਕਿ ਮੈਂ ਵੰਜਨ ਨਾਲੇ ਤੋ ਗੁੱਢੂ ਮਹੀਨੇ ਚੀਥਾਂ ਦੇ ਫਾਟਕ ਬਣਵਾ ਦੇਸਾਂ ਜਿੰਦੀ ਮਾਲੀਅਤ ਤੁਸੀਂ ਦੇਖੀ ਨੋ ਜ਼ੋਰ ਲਗਾ ਕੇ ਕਿਤਨੀ ਹੋਸੀ 5 ਲੱਖ 60 ਲੱਖ ਵਲਾ ਵੀ ਉਹ ਕੰਮ ਨਹੀਂ ਤੇ ਆਪਣਾ ਗੇਟ ਤੇ ਬਣਾਵਣ ਦੂਰ ਦੀ ਗੱਲ ਐ ਸਿਰ ਤੁਸੀਂ ਇਹ ਦੇਖੋ ਜੁਨੇਦ ਸਾਹਿਬ ਕੇ ਇਤਨਾ ਜਿਹੜਾ ਮਸਾਇਲ ਹਨ 70 ਅਰਬ ਰੁਪਇਆ ਹੁਣ ਫਰੈਸ਼ ਹੀ ਗਵਰਨਮੈਂਟ ਨੂੰ ਗਵਰਨਮੈਂਟ ਆ ਪੰਜਾਬ ਦਿੱਤੇ ਇਹ 70 ਅਰਬ ਦੇ ਵਿੱਚ ਰਿਜ਼ਲਟ ਕਿਆ ਆਂਦਾ ਪਿਆ ਬਿਲਕੁਲ 70 ਅਰਬ ਰੁਪਇਆ ਵਿੱਚ ਜੋ ਹੈ ਨਾ ਰਿਜ਼ਲਟ ਕਿਆ ਆਂਦਾ ਪਿਆ ਕੋਈ ਜ ਹੈ ਨਾ ਉਹ ਚੀਜ਼ਾਂ ਕਹਿ ਨਹੀਂ ਬਿਲਕੁਲ ਬੜੀ ਸਾਰੀ ਜਿਹੜੀ ਚੀਜ਼ਾਂ ਇਹਨਾਂ ਪਈਆਂ ਉਹ ਅਸਾਂ ਦੇਖਿਆ ਉਹ ਜਾਣੀਆਂ ਇਤਾਂ ਦੇ ਜਿਹੜੇ ਵਜ਼ੀਰ ਰਹੇ ਗਏ ਉਹ ਇਹ तमामतर ਚੀਜ਼ਾਂ ਜਾਣੀਆਂ ਸਾਡੇ ਆ ਰਿਪੋਰਟਰਾਂ ਦਾ ਜਾਣਨ ਦਾ ਮਕਸਦ ਇਹ ਹੁੰਦਾ ਹੈ ਕਿ ਉਹ ਇਲਾਕੇ ਨੂੰ ਬਖੂਬੀ ਜਾਣਦੇਣ ਇਲਾਕੇ ਦੇ ਮਸਾਇਲ ਬਖੂਬੀ ਜਾਣਦੇਣ ਨਿਸ਼ਾਨਦੇਹੀ ਕਰਦੇਣ ਆ ਟੀਵੀ ਚੈਨਲ ਦੇ ਉੱਤੇ ਘੇਨ ਕੇ ਅੰਦੇਣ ਅਸਾਂ ਆਵਾਮ ਨੂੰ ਦਿਖਾਉਂਦੇ ਸੇ ਤੇ ਇ ਪ੍ਰੋਗਰਾਮ ਦੇ ਵਿੱਚ ਆਉਣ ਦਾ ਮਕਸਦ ਵੀ ਇਹ ਹੁੰਦਾ ਹੈ ਕਿ तमामतर ਚੀਜ਼ਾਂ ਤਾਕੂ ਰਿਪੀਟ ਕਰਕੇ ਅਸਾਂ ਦਿਖਾਉਂ ਆ ਇਥਾਂ ਦੇ ਹਾਲਾਤ ਤੁਹਾਡੇ ਸਾਹਮਣੇ ਹਨ ਪਏ ਆ ਇਤਨੇ ਵੱਡੇ ਅਹੁਦੇਦਾਰਾਂ ਇਥਾਂ ਸਿਆਸਤ ਵਿੱਚ ਅਹਿਮ ਕਿਰਦਾਰ ਅਦਾ ਕਰਨ ਵਾਲੇ ਅੱਜ ਇਹ ਉਹਨਾਂ ਦੇ ਮੂੰਹ ਦੇ ਉੱਤੇ ਜ਼ੋਰਦਾਰ ਤਮਾਸ਼ਾ ਇਹ ਜਗ੍ਹਾ ਮਰੇਂਦੀ ਪਈਏ ਈ ਪ੍ਰੋਗਰਾਮ ਵਿੱਚ ਇਤਨਾ ਹੀ ਅਗਲੇ ਪ੍ਰੋਗਰਾਮ ਨਾਲ ਨਵੇਂ ਟਾਪਿਕ ਨਾਲ ਨਵੀਂ ਚੀਜ਼ਾਂ ਨਾਲ ਇੱਕ ਵਾਰੀ ਵੱਲ ਹਾਜ਼ਰ ਹੋ ਤੁਸੀਂ ਅੱਲਾ ਸੋਨੇ ਦੇ ਹਵਾਲੇ